ਮੈਡੀਕਲ ਵਿਸ਼ੇ ਇਹ ਦੱਸੋ ਤੁਸੀਂ ਆਪਣੇ ਜ਼ਿੰਮੇਦਾਰ ਗਿਰਾ ਕੇ ਰਹਿ ਉਹਨਾਂ ਕੀ ਮਿਸਤਰਾ ਦੋ ਬਿੰਦੀ ਜਾਂ ਚੱਲੀ ਰਾਂਦੀ ਮੂੰਜੀਆਂ ਵਿੱਚ ਵੇਲੀ ਕੰਮ ਹੀ ਹੁੰਦੀ ਹੈ ਤੇ ਦੂਜੀ ਬਾਈ ਦੇ ਵਿੱਚ ਵੇਲੀ ਉਹ ਬਿੰਦੀ ਅਸਲਾਮ ਅਲੈਕੁਮ ਵਾਲੇਕੁਮ ਅਸਲਾਮ ਕੀ ਹਾਲ ਨੇ ਬਾਈ ਜੀ ਠੀਕ ਠਾਕ ਕੀ ਨਾਮ ਤੁਹਾਡਾ ਇਮਤਿਆਜ਼ ਇਹ ਦੱਸੋ ਆ ਸੁਣਦਾ ਤੁਹਾਡਾ ਜੀ ਇਹ ਕਿੰਨੀਆਂ ਪਲੇਟਾਂ ਦਾ ਇਹ 45 ਪਲੇਟ ਦਾ ਤੇ ਇਹ ਕਿਤਨੇ ਵਾਟ ਦੀ ਇੱਕ ਪਲੇਟ 180 ਵਾਟ ਦੀ 180 ਵਾਟ ਦੀ ਤੇ ਮੋਟਰ ਜਿਹੜੀ ਤੁਹਾਡੀ ਲੱਗੀ ਹੋਈ ਹੈ ਇਹ ਕਿਤਨੇ ਦੀ ਇਹ 10 ਦੀ ਹੈ 10 ਦੀ ਮੋਟਰ ਹੈ ਜੀ 3 ਫੇਸ 3 ਫੇਸ ਤੇ ਇਹ ਕਿਤਨੇ ਦੀ ਤੁਹਾਡੀ ਲੱਗੀ ਹੈ ਇਹ ਸਾਡੀ ਲੱਗੀ 6 ਲੱਖ ਦੀ 6 ਲੱਖ ਦੀ ਤੇ ਇਹ ਤੁਸੀਂ ਕਿੱਥੋਂ ਮੰਗਵਾਈਆਂ ਪਲੇਟਾਂ ਸਰਗੋ ਦਿਓ ਅੱਛਾ ਇਹ ਕਿਤਨੀ ਅਗਵਾਈ ਤੁਹਾਡੀ ਆਏ ਜਾਂਦੇ ਹੋ 14 ਕਿੱਲੇ 14 ਕਿੱਲੇ ਜੀ 14 ਕਿੱਲੇ ਤੇ ਕਿਤਵੇਂ ਦੇ ਤੁਸੀਂ ਬਾਅਦ ਤੁਹਾਡੀ ਵਾਰੀ ਆਉਂਦੀ ਹੈ ਕਿੱਲੇ ਪਹਿਲੇ ਦੀ ਤਕਰੀਬਨ ਹਫਤੇ ਬਾਅਦ ਲਾਜ਼ਮੀ ਆਵੇਗੀ ਹਫਤੇ ਬਾਅਦ ਹਾਂ ਤੇ ਤੁਹਾਡੀ ਮੋਟਰ ਵੇਲੀ ਵੀ ਉਹ ਬਿੰਦੀ ਜਾਂ ਚੱਲੀ ਰਾਂਦੀ ਮੂੰਜੀਆਂ ਵਿੱਚ ਵੇਲੀ ਕੰਮ ਹੀ ਹੁੰਦੀ ਹੈ ਤੇ ਦੂਜੀ ਬਾਈ ਦੇ ਵਿੱਚ ਵੇਲੀ ਉਹ ਬਿੰਦੀ ਹਾਂ ਤੇ ਸਿਆਲਾ ਜਸਲ ਪੰਦਾ ਉਸ ਵਕਤ ਤੁਹਾਡੀ ਕਿਵੇਂ ਤਰੀ ਇੱਕ ਮੋਟਰ ਕਿਸ ਟਾਈਮ ਨੂੰ ਸ਼ੁਰੂ ਹੁੰਦੀ ਚੱਲਦੀ ਹੈ ਤੇ ਕਿਸ ਟਾਈਮ ਨੂੰ ਬੰਦ ਹੋ ਜਾਂਦੀ ਤੋਪ ਜਿਸ ਟਾਈਮ ਵੀ ਸਮਝ ਨਿਕਲ ਜਾਵੇ ਨਾ ਥੋੜੀ ਬਾੜੀ ਉਸ ਟਾਈਮ ਹੀ ਚੱਲ ਪੈਂਦੀ ਅਲਾ ਕਿਸਾਨ ਵਿਖਾ ਹੈ ਦਾ ਮਗਰਲਾ ਸਟੀਆ ਸਟੈਂਡ ਇਹ ਵੀ ਉਹਨਾਂ ਹੀ ਬਣਾ ਦਿੱਤਾ ਸਰਗੋਦੇ ਵਾਲੇ ਸਾਰਾ ਸਿਸਟਮ ਉਹਨਾਂ ਦਿੱਤਾ ਸਨ ਸਹੀ ਹੈ ਹਾਂ ਤੇ ਕਿਤਨੇ ਸਾਲ ਹੋ ਗਏ ਤੁਹਾਨੂੰ ਲਵਾਏ ਹੋ ਸਨ ਤਕਰੀਬਨ 3 ਸਾਲ ਹੁੰਦੇ ਨੇ 3 ਸਾਲ ਹੋ ਗਏ ਹਾਂ ਤੇ ਤੁਹਾਡਾ ਖਰਚਾ ਖੁਰਚਾ ਕੱਢ ਗਈ ਸਾਡਾ ਖਰਚਾ ਨੇੜੇ ਲਾਈ ਖਲੋਤੀ ਸਮਝੋ ਸਾਲ ਦੇ ਵਿੱਚ ਖਰਚਾ ਕੱਢ ਹੀ ਬੈਣਾ ਕੱਢ ਬੈਣਾ ਹਾਂ ਇਹ ਹੁਣ ਥੋੜੇ ਦਿਨ ਤੋਂ ਲਵਾਈ ਹੈ ਹਾਂ ਤੇ ਆ ਜਿਹੜਾ ਤਮਾਕੂ ਲੱਗਾ ਖੜਾ ਤੇ ਹੈ ਜਿਹੜੀ ਹੈ ਇਹ ਵੀ ਇੱਥੋਂ ਵੀ ਵੰਦੇ ਹੋ ਇਹ ਸਾਰਾ ਕੁਝ ਇੱਥੋਂ ਵੀ ਵਾਰ ਹੁਣ ਕਿਉਂ ਨੇ ਪਿਵਾਏ ਸੁੱਕਦੇ ਨਹੀਂ ਪਏ ਇਹ ਥੋੜਾ ਜਿਹਾ ਉਹ ਬੋਰ ਜਿਹੜਾ ਕੀਤਾ ਨਾ ਥੱਲੇ ਉਹ ਥੋੜਾ ਖਰਾਬ ਹੋਇਆ ਉਸ ਦੀ ਵਜ੍ਹਾ ਤੋਂ ਅਲਾ ਇਸ ਲੇਟ ਹੋ ਗਈ ਹਾਂ ਅਲਾ ਉਹ ਕਸਾਨ ਤੁਸੀਂ ਦਿਖਾਓ ਸਾਨੂੰ ਦੂਜਾ ਪੈਨਲ ਵੀ ਦਿਖਾਓ ਤੇ ਮੋਟਰ ਵੀ ਦਿਖਾ ਪੈਨਲ ਉਹ ਆ ਦੂਜਾ ਪੈਨਲ ਆ ਇਹ ਸਾਡਾ ਤੇ ਆਹ ਡੱਬਾ ਵੀ ਦਿਖਾਓ ਨੇ ਦਾ ਇਨਵਰਟਰ ਵੀ ਦਿਖਾਓ ਇਹ ਸਾਰਾ ਇਹਦੇ ਵੋਲਟੇਜ ਦਿਖਾ ਕਿੰਨੇ ਹਨ ਉਹ ਇਹਦੇ ਤਕਰੀਬਨ 45 ਚੱਲ ਰਿਹਾ ਅੱਛਾ ਇਸ ਤੋਂ ਅਗਰ ਤੀਜਾ ਪੈਨਲ ਦਿਖਾਓ ਉਹ ਛੋਟਾ ਜਿਹਾ ਪੈਨਲ ਨਾਲ ਲੱਗਾ ਹੋਇਆ ਤੀਜਾ ਤੇ ਇਹ ਤਾਰ ਜਿਹੜੀ ਨਾ ਉਹਦੇ ਤਾਰ ਦਿਖਾਓ ਅਗਰ ਪੈਨਲ ਦਿਖਾ ਤੀਜਾ ਉਸ ਤੋਂ ਬਾਅਦ ਇਹਦਾ ਪਾਣੀ ਆਉ ਚੈੱਕ ਕਰੀਏ ਇਹ ਭਾਜੀ ਜਿਹੜਾ ਲੱਗਾ ਹੋਇਆ ਪੱਖਾ ਜੀ ਕਿੰਨੇ ਦਾ ਲੱਗਾ ਹੋਇਆ ਇਹ 5-6 ਦਾ ਮੋਟਰ ਸਭ ਤੋਂ ਅੱਛਾ ਕੰਮ ਹੈ ਫੀਟਰ ਤੇ ਹੋਰ ਹਿਸਾਬ ਦਾ ਹੈ ਇਹ ਇੱਕ ਵਾਰੀ ਖਰਚਾ ਹੋ ਵੈਂਦਾ ਪਿੱਛੇ ਮੁਫਤ ਹੈ ਚੋ ਸਾਲ ਦੇ ਵਿੱਚ ਕੱਢ ਵੈਂਦਾ ਖਰਚਾ ਵੀ ਹਾਂ ਠੀਕ